ਸੁੰਦਰਵਾਲ ਪਿੰਡਾਂ ਚ ਗਏ ਜੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੈਂਟੋਨ ਲੇਕ ਜਿਹੜੀ ਹੈ ਪੈਸੀਫਿਕ ਸੀ ਨਾਲ ਜੁੜੀ ਹੋਈ, ਔਰ ਇਸ ਅਸੀਂ ਲੇਕ ਦੇ ਵਿੱਚ ਸਿਆਟਲ ਦੇ ਬੀਚ ਦੇ ਨਾਲ ਨਾਲ ਜਿਹੜਾ ਏਰੀਆ ਹੈ ਸਾਰਾ ਉਸ ਪਾਸੇ ਅਸੀਂ ਚੱਲ ਰਹੇ ਹਾਂ। ਬਹੁਤ ਮਜ਼ਾ ਆ ਰਿਹਾ, ਔਰ ਦੁਨੀਆਂ ਦੇ ਮੋਰ ਐਕਸਪੈਂਸਿਵ ਲਿਵਿੰਗ ਸਟਾਈਲ ਜਿਹੜਾ ਹੈ ਉਹ ਇਸ ਜਗ੍ਹਾ ਦਾ ਸ਼ਾਹਜੀ ਧਿਆਨ ਨਾ ਚਲਾਈਓ ਯਾਰ, ਮੈਨੂੰ ਤਾਂ ਡਰ ਹੀ ਲੱਗਦਾ, ਘਬਰਾਵਾਂ ਨਾ ਮੈਂ। ਚਲੋ ਜੀ ਠੀਕ ਹੈ ਜੀ, ਬੜੇ ਘੈਂਟ ਬਣੇ ਹੋਏ ਜਨਾਬ। ਲੇਕ ਆਫ ਵਾਸ਼ਿੰਗਟਨ ਹਾਂ, ਰੀਲੀ ਇੰਜੋਇੰਗ ਦਿਸ ਟ੍ਰਿਪ। ਔਰ ਮੈਂ ਕਹਾਂਗਾ ਕਿ ਸਾਰੇ ਟ੍ਰਿਪ ਬਹੁਤ ਮਜ਼ੇਦਾਰ ਸੀ, ਹਰ ਜਗ੍ਹਾ ਦਾ ਇੱਕ ਆਪਣਾ ਹੀ ਨਜ਼ਾਰਾ, ਔਰ ਆਪਣੀ ਜਿੱਥੇ ਜਿੱਥੇ ਦੋਸਤਾਂ ਦੇ ਨਾਲ ਮੈਂ ਇਕੱਠਾ ਹੋਇਆ ਵਾਂ ਉੱਥੇ ਉੱਥੇ ਹੀ ਮੈਨੂੰ ਇੰਝ ਲੱਗ ਰਿਹਾ ਸੀ ਕਿ ਅਗਰ ਮੈਂ ਉਸ ਪੁਆਇੰਟ ਦੇ ਉੱਤੇ ਨਾ ਆਉਂਦਾ ਤਾਂ ਸ਼ਾਇਦ ਮੈਂ ਮਿਸ ਕਰ ਜਾਂਦਾ ਕੁਛ। ਸੈਮੀ ਸਾਹਿਬ ਇੱਧਰ, ਅੱਛਾ ਜੀ ਸੈਮੀ ਸਾਹਿਬ ਨੂੰ ਲੈ ਨਾ ਇੱਥੇ ਪਾਣੀ ਦੇ ਵਿੱਚ। ਹੁਣ ਡਰ ਕੋਈ ਨਹੀਂ ਹੈ ਕਿਉਂਕਿ ਆਪੇ ਵੀ ਨਾਲ ਨੇ, ਮੈਨੂੰ ਲੱਗਦਾ ਮੈਂ ਹੈਵੀ ਵੇਟ ਹਾਂ ਤਾਂ ਪਾਣੀ ਦਾ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ, ਲੇਕਿਨ ਐਨੀਵੇ ਬੜਾ ਮਜ਼ਾ ਆ ਰਿਹਾ। ਮੈਂ ਕਹਾਂਗਾ ਸ਼ੁਕਰੀਆ ਸਾਰੇ ਦੋਸਤਾਂ ਦਾ, ਫਿਰ ਇੱਕ ਵਾਰੀ ਕੋਈ ਇੱਕ ਨਾਮ ਲਵਾਂ ਤਾਂ ਮੈਂ ਉਹ ਗਲਤ ਹੋਏਗਾ। ਸਾਰੇ ਦੋਸਤ ਜਿਹੜੇ ਨੇ ਕੱਲ੍ਹ ਵੀ ਫ੍ਰੀ ਸਨ ਮੇਰੇ ਲਈ, ਪਰਸੋਂ ਵੀ ਫ੍ਰੀ ਸਨ, ਅੱਜ ਵੀ ਸਾਰਿਆਂ ਨੇ ਛੁੱਟੀ ਕੀਤੀ ਹੈ, ਪਲੀਜ਼ ਤੁਸੀਂ ਬਹੁਤ ਦੁਖੀ ਆ, ਸ਼ੁਕਰੀਆ ਜੀ, ਥੈਂਕ ਯੂ। ਇਹ ਪਿਆਰ ਹੈ ਜਿਹੜਾ ਕਿ ਮਤਲਬ ਕਿ ਮੈਂ ਜਿਹੜੇ ਬਾਰ ਬਾਰ ਵਰਡਸ ਵੀ ਕਵਾਂਗਾ ਅਤੇ ਉਹ ਵਰਡਸ ਜਿਹੜੇ ਨੇ ਉਹ ਥੋੜ੍ਹੇ ਨੇ, ਵਰਡਸ ਜਿਹੜੇ ਨੇ ਉਹ ਥੋੜ੍ਹੇ ਨੇ, ਔਰ ਇਹਨਾਂ ਦਾ ਪਿਆਰ ਜਿਹੜਾ ਉਸ ਤੋਂ ਕਈ ਗੁਣਾ ਵੱਡਾ ਹੈ। ਮੈਂ ਇੰਨਾ ਸੋਚ ਕੇ ਆਇਆ ਸੀ, ਲੇਕਿਨ ਇਹ ਇਸ ਤੋਂ ਅੱਗੇ ਬਾਹਾਂ ਨਹੀਂ ਜਾਂਦੀਆਂ, ਅਗਰ ਪਿੱਛੇ ਨਹੀਂ ਜਾਂਦੀਆਂ ਤਾਂ ਮੈਂ ਵੀ ਖੋਲ ਦਿੰਦਾ, ਇਸ ਵਾਸਤੇ ਕਿ ਮੈਨੂੰ ਇੰਨਾ ਪਿਆਰ ਮਿਲਿਆ ਇੱਥੇ ਆ ਕੇ। ਔਰ ਮੈਂ ਸੋਚ ਰਿਹਾ ਸੀ, ਮੇਰੇ ਅੰਦਰ ਇੱਕ ਖੌਫ ਸੀ ਜਦੋਂ USA ਆਇਆ, ਪਤਾ ਨਹੀਂ ਕਿਸ ਤਰ੍ਹਾਂ ਹੋਏਗਾ, ਪਤਾ ਨਹੀਂ ਕੋਈ ਮਿਲਣਾ ਪਸੰਦ ਕਰੇਗਾ ਜਾਂ ਨਹੀਂ ਕਰੇਗਾ, ਕੋਈ ਦੋਸਤ ਜਿਹੜੇ ਮੈਨੂੰ ਕਹਿ ਰਹੇ ਨੇ ਆਓ ਉਹਨਾਂ ਕੋਲ ਇੰਨਾ ਟਾਈਮ ਵੀ ਹੋਏਗਾ, ਦੋਸਤਾਂ ਕੋਲ ਤਾਂ ਟਾਈਮ ਹੀ ਸਾਰਾ ਮੇਰੇ ਲਈ ਹੈ, ਕਿਸੇ ਪਾਸੇ ਜਾਂਦੇ ਹੀ ਨਹੀਂ ਹੈ, ਮੈਨੂੰ ਇਕੱਲਾ ਛੱਡਦੇ ਹੀ ਨਹੀਂ ਹੈ। ਜਿੰਨਾ ਘਰਾਂ 'ਚ ਗਿਆ ਵਾਂ, ਜਿਸ ਜਿਸ ਜਗ੍ਹਾ 'ਤੇ ਗਿਆ ਵਾਂ, ਬਜ਼ੁਰਗ ਮੈਨੂੰ ਮਿਲੇ ਨੇ, ਮੈਂ ਕਹਿੰਦਾ ਅਮੇਜ਼ਿੰਗ ਉਹਨਾਂ ਦਾ ਪਿਆਰ, ਉਹਨਾਂ ਦੀਆਂ ਰੂਟਸ ਜਿਹੜੀਆਂ ਪਾਕਿਸਤਾਨ ਤੋਂ ਨੇ ਉਹ ਦੇਖਣ ਵਾਲੇ ਨੇ, ਉਹਨਾਂ ਦੇ ਅੱਜ ਵੀ ਯਾਦ ਕਰਕੇ ਅੱਖਾਂ ਦੇ ਚਾਂਸੂ ਆ ਜਾਂਦੇ ਨੇ। ਇਹ ਦਿਖਾਓ ਜੀ ਪਾਣੀ ਦਾ ਫਲੋ ਤੁਸੀਂ ਜ਼ਰਾ, ਸ਼ਾਹ ਜੀ ਸਾਡੀ ਬੋਟ ਡਰਾਈਵਰ ਮੌਜਾਂ ਕਰ ਰਹੇ ਨੇ ਜਨਾਬ, ਠੰਡੇ ਮੌਸਮ ਨੂੰ ਇੰਜੋਏ ਕਰ ਰਹੇ ਨੇ। ਇਹ ਉਹ USA ਦਾ ਪਾਰਟ ਹੈ ਜੀ ਜਿਹੜਾ ਕਿ ਸਾਨੂੰ ਮੂਵੀਜ਼ 'ਤੇ ਦਿਖਾਇਆ ਜਾਂਦਾ ਕਿ USA ਬਹੁਤ ਖੂਬਸੂਰਤ ਹੈ, ਸਾਰੀ ਸਟੇਟਸ ਦਾ ਮੌਸਮ ਇੱਕ ਜੈਸਾ ਨਹੀਂ ਹੈ, ਸਾਰੀ ਸਟੇਟਸ ਦੇਖਣ ਵਿੱਚ ਇੱਕ ਜੈਸੀਆਂ ਨਹੀਂ ਨੇ। ਮੈਂ ਕਹਿੰਦਾ ਵਾਂ ਕਿ ਆਈ ਐਮ ਵੈਰੀ ਲੱਕੀ ਵਨ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਅਮੈਰੀਕਾ ਦਾ ਹਰ ਪਾਰਟ ਦੇਖਣ ਨੂੰ ਮਿਲਿਆ, ਔਰ ਹਰ ਜਗ੍ਹਾ ਦੇ ਉੱਤੇ ਆ ਕੇ ਮੈਂ ਇੰਜੋਏ ਕਰ ਰਿਹਾ ਵਾਂ, ਕਿ ਸੈਂਟਰਲ ਅਮੈਰੀਕਾ ਕੀ ਸਾਊਥ ਸਾਈਡ ਜਿਹੜੀ ਹੈ ਉਹ ਦੇਖੀ ਹੈ, ਨੌਰਥ ਪੋਲ 'ਤੇ ਪਹੁੰਚਿਆ ਹੋਇਆ ਵਾਂ, ਇੱਥੋਂ ਜ਼ਿਆਦਾ ਨਹੀਂ ਤਕਰੀਬਨ 200-250 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਕੈਨੇਡਾ ਦਾ ਬਾਰਡਰ ਹੈ, ਵੈਨਕੂਵਰ ਅੱਗੇ ਆ ਜਾਂਦਾ ਸਭ ਤੋਂ ਵੱਡਾ ਸ਼ਹਿਰ ਜਿਹੜਾ, ਹੋਪ ਮੈਂ ਜਲਦੀ ਦੇਖਾਂਗਾ। ਮੈਂ ਕੀ ਕਹਿੰਦੇ ਨੇ ਕਿ ਯਾਦਾਂ ਰਹਿ ਜਾਂਦੀਆਂ ਨੇ ਔਰ ਇਨਸਾਨ ਵਿਛੜ ਜਾਂਦੇ ਨੇ।
ਬਿਲਕੁਲ ਕੀ ਕਹਿੰਦੇ ਨੇ ਪੰਜਾਬੀ ਚ ਨਜ਼ਾਰਾ ਆਈ ਜਾਂਦਾ ਤੇ ਨਜ਼ਾਰਾ ਜਾਈ ਜਾਂਦਾ ਇਹ ਰੀਅਲ ਹੀ ਨਜ਼ਾਰੇ ਆ ਰਹੇ ਨੇ ਤੇ ਨਜ਼ਾਰੇ ਜਾ ਰਹੇ ਨੇ ਬਹੁਤ ਮਜ਼ਾ ਆਇਆ ਜੀ ਸ਼ਾਇਦ ਅਗਰ ਮੈਂ ਨਾ ਬੈਠਦਾ ਤਾਂ ਇੰਨਾ ਇੰਜੋਏ ਨਾ ਕਰ ਪਾਉਂਦਾ ਓਕੇ ਜੀ ਮੈਂ ਇਸ ਵੇਲੇ ਆਟਮ ਦਾ ਸੀਜ਼ਨ ਹੈ ਔਰ ਫਾਲ ਦਾ ਸੀਜ਼ਨ ਹੈ ਫਾਲ ਦੇ ਕਲਰਸ ਦੇਖਣ ਵਾਲੇ ਨੇ ਜਿਹੜੇ ਲੋਕ ਲੈਂਡਸਕੇਪ ਐਕਸਪਰਟ ਨੇ ਜਾਂ ਜਿਹੜੇ ਲੋਕ ਗਾਰਡਨ ਐਕਸਪਰਟ ਨੇ ਗਿਜ਼ਵਾਨ ਅਹਿਮਦ ਸ਼ਮਸ਼ਾਦ ਸਾਹਿਬ ਜ਼ਕਰੀਆ ਸਾਹਿਬ ਔਰ ਤਾਰਿਕ ਅਜ਼ੀਜ਼ ਸਾਹਿਬ ਖਾਲਿਦ ਮਲਿਕ ਸਾਹਿਬ ਹੋਰ ਮੇਰੇ ਜਿਹੜੇ ਦੋਸਤ ਨੇ ਜਿਹੜੇ ਕਿ ਲੈਂਡਸਕੇਪ ਕ੍ਰੇਜ਼ੀ ਨੇ ਜਿਨ੍ਹਾਂ ਨੂੰ ਬਾਏ ਪ੍ਰੋਫੈਸ਼ਨ ਜਿਹੜੇ ਨੇ ਹਾਰਟੀਕਲਚਰਸ ਨੇ ਉਹਨਾਂ ਵਾਸਤੇ ਮੈਂ ਕਹਾਂਗਾ ਕਿ ਕੈਬ ਬਹੁਤ ਸੋਹਣਾ ਗਿਫਟ ਹੋਏਗਾ ਇਹ ਦੇਖਣਾ ਭਾਈ ਸਾਹਿਬ ਧੱਕਾ ਤੁਸੀਂ ਨਾ ਅਲਾਰ ਵੀ ਤੁਸੀਂ ਕੀਤੀ ਹੋਈ ਦੋਨਾਂ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਪੰਜਾਬੀ ਬਾਬਾ ਇਨ ਸਿਆਟਲ That's so beautiful. ਮਜ਼ਾ ਆ ਗਿਆ